ਕੁਛ ਲੋਕਾਂ ਨੇ ਕਨਵੈਨ ਚੱਕਣੀ, ਉਸ ਵਿੱਚ ਪਹਿਲਾਂ ਤੇਲ ਭਰਵਾਉਣਾ। ਸਭ ਤੋਂ ਪਹਿਲੀ ਸਭ ਤੋਂ ਵੱਡੀ ਮਾਰ ਲੋਕਾਂ ਦੀ ਜੇਬ ਦੇ ਉੱਤੇ ਪੈਟਰੋਲ ਤੇ ਡੀਜ਼ਲ ਤੇ ਰਸੋਈ ਗੈਸ। ਦੇਖੋ ਜੀ, ਆਮ ਆਦਮੀ ਤੇ ਆ ਆ ਜਿਹੜੇ ਅੱਜ ਰੋਡਾਂ ਤੇ ਬੈਠੇ ਆ, ਜਿਹੜੇ ਲੋਕਾਂ ਨੇ ਵੀ ਇਹਨਾਂ ਨੂੰ ਚੁਣਿਆ ਸੀ, ਅੱਜ ਉਹ ਆਪਣੇ ਮੱਥੇ ਤੇ ਹੱਥ ਜ਼ਰੂਰ ਮਾਰਦੇ ਹੋਣੇ ਆ ਕਿ ਕਿੰਨਾ ਲੋਕਾਂ ਨੂੰ ਅਸੀਂ ਵੋਟ ਪਾ ਕੇ ਜਿਤਾਤਾ ਜਿਨ੍ਹਾਂ ਨੇ ਕਿ ਸਾਡੇ ਉੱਪਰ ਹੀ ਡਾਕਾ ਮਾਰ ਲਿਆ। ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਭਗਵੰਤ ਮਾਨ ਸਾਹਿਬ ਲਈ ਕਿ ਉਹਨਾਂ ਦੇ ਆਪਣੇ MLA ਸਾਹਿਬ ਕਹਿ ਰਹੇ ਹੈ ਕਿ ਮੇਰਾ ਬੋਰਡ ਨਾ ਲਾਓ ਔਰ ਇਹਨੂੰ ਹਟਾ ਦਿਓ। ਨਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰ ਕਪੂਰ। ਭਾਰਤ ਦੇ ਵਿੱਚ ਪੈਟਰੋਲ ਡੀਜ਼ਲ ਤੇ ਬਿਜਲੀ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿੱਥੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੇ ਤਸਵੀਰ ਦੇਖ ਸਕਦੇ ਹੋ। ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਸਾਹਿਬਾਨ ਆ ਜਿਹੜੇ ਬੈਠੇ ਨੇ ਤਾਂ ਹੱਥ ਵਿੱਚ ਜਿਹੜੇ ਪੰਪਲੇਟ ਲੈ ਕੇ ਬੈਠੇ ਨੇ, ਪੈਟਰੋਲ ਡੀਜ਼ਲ ਤੇ ਬਿਜਲੀ ਦੀਆਂ ਵੱਧਦੀਆਂ ਕੀਮਤਾਂ ਵਾਪਸ ਲਓ ਤਾਂ ਆਪ ਸਰਕਾਰ ਲੋਟੂ ਸਰਕਾਰ ਆਮ ਲੋਕਾਂ ਦੀ ਜੇਬ ਕੱਟਣਾ ਬੰਦ ਕਰੋ, ਇਸ ਤਰ੍ਹਾਂ ਦੇ ਜਿਹੜੇ ਪੰਪਲੇਟ ਲੈ ਕੇ ਆਮ ਆਦਮੀ ਪਾਰਟੀ ਸੀ ਸਰਕਾਰ ਦੇ ਖਿਲਾਫ ਜਿਹੜਾ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਮੁਰਦਾਬਾਦ ਦੇ ਨਾਰੇ ਲਗਾ ਕੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ, ਤਾਂ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਆਪ ਦੀ ਸਰਕਾਰ ਨੂੰ ਲੋਟੂ ਦਾ ਬਦਲਾਅ ਦੱਸ ਕੇ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਇੱਕ ਪੁਤਲਾ ਫੂਕਣ ਦੀ ਜਿਹੜੀ ਤਿਆਰੀ ਵੀ ਕੀਤੀ ਜਾ ਰਹੀ ਹੈ। ਤਾਂ ਲੁਧਿਆਣਾ ਦੇ ਸਮਰਾਲਾ ਚੌਂਕ ਦੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ, ਤਾਂ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ, ਤਾਂ ਆਮ ਜਿਹੜੀ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਇਹਦੇ ਕੀ ਜਿਹੜੇ ਕਾਰਨਾਂ ਕਰਕੇ ਅੱਜ ਜਿਹੜਾ ਇਹਨਾਂ ਨੂੰ ਧਰਨਾ ਲਗਾਉਣਾ ਪਿਆ, ਕਿਉਂਕਿ ਕਾਫੀ ਸਮੇਂ ਤੋਂ ਜਿਹੜੀਆਂ ਬਿਜਲੀ ਦੀ ਜਾਂ ਪੈਟਰੋਲ ਦੀ ਇਹਨਾਂ ਦੀ ਜਿਹੜੀ ਵੱਧਦੀ ਕੀਮਤ ਨੂੰ ਲੈ ਕੇ ਅੱਜ ਇਹਨਾਂ ਨੂੰ ਪ੍ਰੋਟੈਸਟ ਕਰਨ ਦੀ ਲੋੜ ਪਈ ਹੈ, ਤਾਂ ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਅੱਜ ਪ੍ਰੋਟੈਸਟ 'ਤੇ ਬੈਠੇ ਹਾਂ ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਾਡੀ ਪੰਜਾਬ ਸਰਕਾਰ ਨੇ ਹੋਰ ਵਧਾ ਦਿੱਤੀਆਂ ਆ, ਕਿਉਂਕਿ ਜਨਤਾ 'ਤੇ ਤਾਂ ਪਹਿਲਾਂ ਹੀ ਬਹੁਤ ਬੋਝ ਪਿਆ ਹੋਇਆ ਆ। ਇਹ ਸਰਕਾਰ ਜਿਹੜੀ ਕਹਿ ਰਹੀ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਪਰ ਇਸ ਵੇਲੇ ਹਰ ਇੱਕ ਫਰੰਟ 'ਤੇ ਫੇਲ ਹੈ, ਕਿਉਂਕਿ ਜੋ ਇਹ ਕਰ ਰਹੇ ਆ ਪਲ ਪਲ 'ਤੇ ਮਹਿੰਗਾਈ, ਹਰੇਕ ਚੀਜ਼ 'ਚ ਮਹਿੰਗਾਈ ਹੈ। ਇਹ ਪੈਟਰੋਲ ਡੀਜ਼ਲ ਜਿਸ ਦੇ ਨਾਲ ਲੋਕਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ, ਉੱਠਦਿਆਂ ਸਾਰੀ ਬਾਈਕ ਜੋ ਵੀ ਕੁਛ ਲੋਕਾਂ ਨੇ ਕਨਵੈਂਸ ਚੱਕਣੀ, ਉਸ ਵਿੱਚ ਪਹਿਲਾਂ ਤੇਲ ਭਰਵਾਉਣਾ। ਸਭ ਤੋਂ ਪਹਿਲੀ ਸਭ ਤੋਂ ਵੱਡੀ ਮਾਰ ਲੋਕਾਂ ਦੀ ਜੇਬ ਦੇ ਉੱਤੇ ਪੈਟਰੋਲ ਅਤੇ ਡੀਜ਼ਲ ਅਤੇ ਰਸੋਈ ਗੈਸ ਅਤੇ ਆਪਣੀ ਜਿਹੜੀ ਹੁਣ ਬਿਜਲੀ ਦੇ ਰੇਟਾਂ ਦੀ ਵਧਾ ਰਹੇ ਹਾਂ, ਇਸ ਕਰਕੇ ਅਸੀਂ ਲਗਾਇਆ। ਦੇਖੋ ਜੀ, ਆਮ ਆਦਮੀ ਤੇ ਆ ਆ ਜਿਹੜੇ ਅੱਜ ਰੋਡਾਂ ਤੇ ਬੈਠੇ ਆ, ਜਿਹੜੇ ਆਪਣੇ ਘਰਾਂ ਵਿੱਚ, ਗੱਡੀਆਂ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਹਵਾਈ ਜਹਾਜ਼ 'ਚ ਘੁੰਮਦੇ, ਉਹ ਆਮ ਆਦਮੀ ਪਾਰਟੀ ਹੈ, ਉਹ ਕੋਈ ਆਮ ਪਾਰਟੀ ਨਹੀਂ ਹੈ। ਉਹਨਾਂ ਨੇ ਆਪਣੀ ਸਰਕਾਰ ਬਣਾ ਕੇ ਸਾਰੇ ਵਿਦੇਸ਼ਾਂ 'ਚ ਜਾ ਕੇ ਬਹਿ ਗਏ ਅਤੇ ਆਮ ਆਦਮੀ ਪਾਰਟੀ ਨੂੰ ਧੱਕੇ ਖਾਣ ਰੱਖ। ਬਹੁਤ ਜ਼ਿਆਦਾ ਫਰਕ ਪਏਗਾ ਜੀ, ਕਿਉਂਕਿ ਪੈਟਰੋਲ ਡੀਜ਼ਲ ਔਰ ਬਿਜਲੀ ਇਹ ਆਮ ਜ਼ਰੂਰਤਾਂ ਨੇ ਹਰੇਕ ਇਨਸਾਨ ਦੀਆਂ, ਅਤੇ ਇਹਦੇ ਨਾਲ ਲੋਕਾਂ ਦੀ ਜਿਹੜੀ ਕਾਫੀ ਜੇਬ ਕੱਟ ਹੋਏਗੀ ਔਰ ਜਿਹੜਾ ਅੱਗੇ ਸਾਡਾ ਮੁਲਕ ਨੀਚੇ ਜਾ ਰਿਹਾ ਉਹ ਹੋਰ ਨੀਚੇ ਜਾਏਗਾ। ਦੇਖੋ, ਲੋਨ 'ਤੇ ਲੋਨ ਇਹ ਪਾਰਟੀ ਚੱਕੀ ਜਾ ਰਹੀ ਹੈ, ਉਹਦਾ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਇਹ ਲੋਨ ਚੱਕ ਕੇ ਆਪਣੇ ਇਸ਼ਤਿਹਾਰ ਲਗਾ ਰਹੇ ਆ ਅਤੇ ਜਾਂ ਸੈਰਾਂ ਕਰ ਰਹੇ ਆ। ਆਮ ਆਦਮੀ ਪਾਰਟੀ ਦੇ ਉੱਤੇ ਬੋਝ ਬਿੱਲ ਦਾ, ਜਿਹੜੇ ਬਿਜਲੀ ਦਾ ਬਿੱਲ ਕਹਿ ਰਹੇ ਸੀ ਮਾਫ ਆ, ਹੁਣ ਉਹੀ ਰੇਟ ਵਧਾ ਦਿੱਤੇ ਆ, 7 ਤੋਂ ਕਿਲੋਵਾਟ ਤੋਂ ਜਿਹੜਾ ਉੱਪਰ ਹੈਗਾ ਉਹਦੇ ਰੇਟ ਵਧਾ ਦਿੱਤੇ ਗਏ ਆ, ਅਤੇ ਜਿਹੜੇ ਆਮ ਜਨਤਾ ਉਹਨਾਂ ਦੇ ਪੈਟਰੋਲ ਅਤੇ ਡੀਜ਼ਲ ਦਾ ਬੋਝ ਪਾ। ਅੱਜ ਪ੍ਰੋਟੈਸਟ 'ਤੇ ਬੈਠਣ ਦਾ ਸਾਡਾ
ਮੇਨ ਮਕਸਦ ਇਹੀ ਹੈ ਕਿ ਜਿਹੜੀ ਇਹ ਆਪ ਸਰਕਾਰ ਭਗਵੰਤ ਮਾਨ ਸਾਹਿਬ ਜਿਹੜੇ ਦਾਅਵੇ ਲੈ ਕੇ ਆਏ ਸੀ ਕਿ ਆਮ ਆਦਮੀ ਦੇ ਲੋਕਾਂ ਦੇ ਹਿੱਤਾਂ ਵਿੱਚ ਅਸੀਂ ਉਤਰਾਂਗੇ, ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਲੋਕਾਂ ਨੇ ਵੀ ਇਹਨਾਂ ਨੂੰ ਚੁਣਿਆ ਸੀ, ਅੱਜ ਉਹ ਆਪਣੇ ਮੱਥੇ 'ਤੇ ਹੱਥ ਜ਼ਰੂਰ ਮਾਰਦੇ ਹੋਣੇ ਹੈ ਕਿ ਕਿੰਨਾ ਲੋਕਾਂ ਨੂੰ ਅਸੀਂ ਵੋਟ ਪਾ ਕੇ ਜਿਤਾਤਾ ਜਿਨ੍ਹਾਂ ਨੇ ਕਿ ਸਾਡੇ ਉੱਪਰ ਹੀ ਡਾਕਾ ਮਾਰ ਲਿਆ। ਬਿਲਕੁਲ ਜੀ, ਕਹਿੰਦੇ ਕਿ ਅਮੀਰ ਨੂੰ ਕਦੀ ਵੀ ਕੋਈ ਫਰਕ ਨਹੀਂ ਪੈਂਦਾ, 5 ਰੁਪਏ ਕੋਈ ਮੈਟਰ ਨਹੀਂ ਰੱਖਦੇ ਉਹਨਾਂ ਲਈ, ਪਰ ਜਿਹੜਾ ਇੱਕ ਗਰੀਬ ਪਰਿਵਾਰ ਹੈ ਜਿਹੜਾ ਕਿ ਆਪਣੇ ਰੋਜ਼ ਦੇ ਰੋਟੀ ਪਿੱਛੇ ਵੀ ਤਰਸਦਾ ਹੈ, ਆਮ ਜਾ ਕੇ ਬਾਹਰ ਜਾ ਕੇ ਕੰਮ ਕਰਕੇ ਪੈਸੇ ਕਮਾ ਕੇ ਲਿਆਉਂਦਾ ਹੈ, ਜਦੋਂ ਉਹਦੇ ਆਵਾਜਾਈ ਦੇ ਸਾਧਨਾਂ 'ਤੇ ਹੀ ਇੰਨਾ ਵੱਡਾ ਧੱਕਾ ਹੋ ਗਿਆ ਤਾਂ ਉਹ ਕੀ ਕਮਾਏਗਾ, ਕੀ ਖਾਏਗਾ ਅਤੇ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਵੇਗਾ? ਇਹ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ। ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਭਗਵੰਤ ਮਾਨ ਸਾਹਿਬ ਲਈ ਕਿ ਉਹਨਾਂ ਦੇ ਆਪਣੇ MLA ਸਾਹਿਬ ਕਹਿ ਰਹੇ ਹੈ ਕਿ ਮੇਰਾ ਬੋਰਡ ਨਾ ਲਾਓ ਔਰ ਇਹਨੂੰ ਹਟਾ ਦਿਓ, ਕਿਉਂਕਿ ਉਹਨਾਂ ਨੂੰ ਆਪਣੇ ਆਪ 'ਚ ਵੀ ਸ਼ਰਮ ਆ ਰਹੀ ਹੋਏਗੀ ਕਿ ਜਿਹੜੇ ਦਾਅਵੇ ਮੈਂ ਲੈ ਕੇ ਆਇਆ, ਕਿਉਂਕਿ ਪਹਿਲਾਂ ਉਹ ਵੀ ਕਾਂਗਰਸ 'ਚ ਸੀ ਔਰ ਉਹਨਾਂ ਨੂੰ ਕਾਂਗਰਸ ਦੀਆਂ ਨੀਤੀਆਂ ਦਾ ਪਤਾ ਸੀ ਕਿ ਕਾਂਗਰਸ ਜੋ ਕਹਿੰਦੀ ਹੈ ਉਹ ਕਰਦੀ ਵੀ ਹੈ, ਪਰ ਇਹ ਸਰਕਾਰ ਨੂੰ 26 ਮਹੀਨੇ ਹੋ ਗਏ, ਤਖਤੀਆਂ ਲੱਗ ਗਈਆਂ, ਫਿਰ ਉਹਨਾਂ ਨੂੰ ਢਾਣੀਆਂ ਪਈਆਂ, ਕਿਉਂਕਿ ਆਪਸ 'ਚ ਕੋਈ ਅੰਦਰ ਸ਼ਰਮ ਵੀ ਹੁੰਦੀ ਹੈ ਬੰਦੇ ਨੂੰ ਕਿ ਸਾਡੀ ਕੋਈ ਗੱਲ ਸਰਕਾਰ ਸੁਣਦੀ ਨਹੀਂ ਹੈ ਅਤੇ ਅਸੀਂ MLA ਕਾਹਦੇ ਬਣੇ ਹੋਏ ਹਾਂ। ਬਿਲਕੁਲ ਜੀ, ਕਿਉਂਕਿ ਹਰ ਪੱਖੋਂ ਇਹ ਨਾਕਾਮ ਸਰਕਾਰ ਹੋਈ ਹੈ, ਪਿੰਡਾਂ ਦੇ ਵਿੱਚ ਕਿਸਾਨਾਂ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ, ਹੁਣੇ MP ਇਲੈਕਸ਼ਨਸ ਹੋ ਕੇ ਹਟੇ ਨੇ, ਤੁਸੀਂ ਉਹਦਾ ਰਿਜ਼ਲਟ ਦੇਖਿਆ, ਔਰ ਇਸੇ ਤਰ੍ਹਾਂ ਇਹ ਸਰਕਾਰ ਹੁਣ ਬਿਲਕੁਲ ਹੀ ਆਪਣੀਆਂ ਗੱਲਾਂ ਨੂੰ, ਮੈਂ ਇੱਕ ਨਵੀਂ ਗੱਲ ਭਗਵੰਤ ਮਾਨ ਸਾਹਿਬ ਤੋਂ ਸੁਣੀ ਕਿ ਜਿਹੜੀਆਂ ਸਾਡੇ ਸਰਪੰਚੀ ਦੀਆਂ ਚੋਣਾਂ ਨੇ ਉਹਨਾਂ ਉੱਤੇ ਕੋਈ ਵੀ ਚਿੰਨ੍ਹ ਨਹੀਂ ਹੋਏਗਾ, ਮੈਂ ਇਹਨਾਂ ਨੂੰ ਯਾਦ ਕਰਾ ਦਾ, ਭਗਵੰਤ ਮਾਨ ਸਾਹਿਬ ਕਦੀ ਵੀ ਸਰਪੰਚੀ ਦੀਆਂ ਚੋਣਾਂ ਉੱਤੇ ਅਸੀਂ ਆਪਣੇ ਚੋਣ ਨਿਸ਼ਾਨ ਉੱਤੇ ਨਹੀਂ ਲੜਦੇ। ਸੋ ਇਹ ਗੱਲਾਂ ਜਿਹੜੀਆਂ ਲੋਕਾਂ ਨੂੰ ਇਹ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਥੋੜ੍ਹਾ ਜਿਹਾ ਘੱਟ ਕਰਨ, ਕਿਉਂਕਿ ਲੋਕ ਬਹੁਤ ਅਵੇਅਰ ਨੇ ਇਸ ਚੀਜ਼ਾਂ ਪਿੱਛੇ, ਔਰ ਹਰ ਬੰਦਾ ਇਸ ਚੀਜ਼ ਨੂੰ ਜਾਣੂ ਹੈ, ਔਰ ਜਿਹੜਾ 5 ਲੱਖ ਰੁਪਈਆ ਵੀ ਉਹਨਾਂ ਨੇ ਕਿਹਾ ਕਿ ਅਸੀਂ ਸਰਬ ਸਹਿਮਤੀ ਦਾ ਦਿਆਂਗੇ, ਉਹ ਹਮੇਸ਼ਾ ਕਾਂਗਰਸ ਸਰਕਾਰ ਸ਼ਾਇਦ ਇਸ ਤੋਂ ਜ਼ਿਆਦਾ ਹੀ ਦਿੰਦੀ ਆਈ ਹੈ, ਤਾਂ ਇਹ ਕੋਈ ਨਵੀਂ ਗੱਲ ਉਹਨਾਂ ਨੇ ਨਹੀਂ ਕੀਤੀ ਆ।